ਐਫਆਈਆਰ ਲਾਂਚ ਕਰਤੀ ਤੁਹਾਨੂੰ ਪਾ ਕੇ 14 ਬੰਦੇ ਐਫਆਈਆਰ ਲਾਂਚ ਹੋ ਗਈ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਉਹਨਾਂ ਨੇ ਸਟੈਪ ਚੱਕਿਆ ਕਿ ਸੁਸਾਈਡ ਕੀਤਾ ਵਾ ਔਰ ਮੇਰੀ ਤਾਂ ਉਹਨਾਂ ਨਾਲ ਲਗਭਗ 6-7 ਸਾਲ ਹੋ ਗਏ ਕਦੀ ਕੋਈ ਵੀ ਟੈਲੀਫੋਨਿਕਲੀ ਜਾਂ ਫਿਜ਼ੀਕਲੀ ਕਦੀ ਕਦੀ ਵਾਰਤਾਲਾਪ ਨਹੀਂ ਜੀ ਗਰੰਟਾ ਗੰਨਿਆ ਉਹ ਸੋਇਲ ਦੇ ਐਮਐਲਏ ਉਹਨਾਂ ਦੇ ਲਾਡਰ ਪਾਇਤੇ ਡੀਸੀ ਸਾਹਿਬ ਨੂੰ ਰეკਮੈਂਡੇਸ਼ਨ ਗਈ ਸਿਹਤਮੰਦ ਪੰਜਾਬ ਦਾ ਸੁਪਨਾ ਜਿਹੜਾ ਉਹ ਸਕਾਰ ਹੋ ਰਿਹਾ ਹੈ ਅਸੀਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕ ਲੋਕਾਂ ਦੇ ਸਮਰਪਿਤ ਕੀਤੇ ਸੀ ਤੇ ਮੈਨੂੰ ਦੱਸ ਦਿਆਂ ਇਹ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੇ ਇਸ ਨੂੰ ਬਹੁਤ ਵੈਲਕਮ ਕੀਤਾ ਤੇ ਸਵਾਗਤ ਕੀਤਾ ਹੁਣ ਤੱਕ 7.5 ਲੱਖ ਲੋਕ ਇੱਥੇ ਓਪੀਡੀ ਦਾ ਫਾਇਦਾ ਲੈ ਚੁੱਕੇ ਨੇ 1 ਲੱਖ ਤੋਂ ਜ਼ਿਆਦਾ ਲੋਕ ਇਹਨਾਂ ਕਲੀਨਿਕਾਂ ਦੇ ਵਿੱਚ ਮੁਫਤ ਟੈਸਟ ਕਰਾ ਚੁੱਕੇ ਨੇ ਦਵਾਈਆਂ ਸਾਰੀਆਂ ਮੁਫਤ ਮਿਲਦੀਆਂ ਨੇ ਤੇ ਮੈਨੂੰ ਦੱਸਦਿਆਂ ਇੱਕ ਹੋਰ ਖੁਸ਼ੀ ਹੋ ਰਹੀ ਹੈ ਕਿ 27 ਜਨਵਰੀ ਨੂੰ 500 ਮੁਹੱਲਾ ਕਲੀਨਿਕ ਹੋਰ ਜਿਹੜੇ ਨੇ ਉਹ ਲੋਕਾਂ ਦੇ ਸਮਰਪਿਤ ਕੀਤੇ ਜਾਣਗੇ ਤਾਂ ਕਿ ਅਸੀਂ ਰੰਗਲਾ ਪੰਜਾਬ ਜਿਹੜਾ ਬਣਾਉਣਾ ਹੈ ਉਹ ਜਿਹੜਾ ਸਿਹਤਮੰਦ ਪੰਜਾਬ ਵੀ ਸ਼ਾਮਲ ਹੋਵੇ ਮੁਫਤ ਦਵਾਈ ਮੁਫਤ ਇਲਾਜ ਨਿਖਰ ਰਿਹਾ ਪੰਜਾਬ ਜੀ ਹੋਰ ਵੀ ਗ੍ਰਾਂਟ ਮਿਲੀ ਹੋਵੇ ਤੇ ਉਹਦੇ ਵਿੱਚ 60 ਲੱਖ ਰੁਪਈਆ ਆਪਾਂ ਦੋ ਬੰਦਿਆਂ ਨੂੰ ਦੇ ਦਈਏ ਇਹ ਵੀ ਜਾਂਚ ਦਾ ਵਿਸ਼ਾ ਹੈ ਇਨਵੈਸਟੀਗੇਸ਼ਨ ਹੋਵੇ ਤਾਂ ਜਿਹੜੀ ਇਹਦੀ 17 ਬਾਬੇ ਹਨੇ ਤੱਕਰ ਪਹੁੰਚੇ ਉਹਨਾਂ ਦੇ بیٹے ਅੰਸ਼ਮਨ ਕਾਲੀਯੰਦ ਪੈਸ ਖਾਤੇ ਚ ਪੈਸੇ ਗਏ ਸੀਗੇ ਤੇ ਉਹਨੂੰ ਸੁਪਰੀਮ ਕੋਰਟ ਮਾਂਜੋਗ ਨੇ ਵੀ ਰਿਜੈਕਟ ਕਰ ਦਿੱਤੀ ਵੀ ਅਸੀਂ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਨਾ ਪਰੇਸ਼ਾਨ ਕੀਤਾ ਮੈਂਟਲੀ ਪਿਛਲੇ ਦਿਨੀ ਵਿੱਕੀ ਕਾਲੀਆ ਵੱਲੋਂ ਆਤਮ ਹੱਤਿਆ ਕੀਤੀ ਜਾਂਦੀ ਆ ਔਰ ਆਤਮ ਹੱਤਿਆ ਕਰਨ ਦੇ ਇਲਜ਼ਾਮ 14 ਬੰਦਿਆਂ ਤੇ ਲੱਗਦੇ ਨੇ ਪੁਲਿਸ ਮੌਕੇ ਤੋਂ ਵਿੱਕੀ ਕਾਲੀਆ ਦੀ ਜੇਬ ਚੋਂ ਸੁਸਾਇਡ ਨੋਟ ਬਰਾਮਦ ਕਰਦੀ ਆ ਸੁਸਾਇਡ ਨੋਟ ਦੇ ਆਧਾਰ ਦੇ ਉੱਤੇ ਪੁਰਵ ਐਮ ਐਲ ਏ ਕਿੜੀ ਭੰਡਾਰੀ ਦਾ ਵੀ ਨਾਮ ਸ਼ਾਮਿਲ ਹੈ ਔਰ ਕਿੜੀ ਭੰਡਾਰੀ ਦੇ ਉੱਤੇ ਐਫ ਆਈ ਆਰ ਵੀ ਲਾਂਚ ਕਰ ਦਿੱਤੀ ਜਾਂਦੀ ਆ ਸਾਡੇ ਨਾਲ ਮੌਜੂਦ ਹੈ ਕਿੜੀ ਭੰਡਾਰੀ ਗੱਲਬਾਤ ਕਰਨ ਲਈ ਭੰਡਾਰੀ ਸਾਹਿਬ ਪੁਲਿਸ ਨੇ ਐਫ ਆਈ ਆਰ ਲਾਂਚ ਕਰਤੀ ਤੁਹਾਨੂੰ ਪਾ ਕੇ 14 ਬੰਦੇ ਐਫ ਆਈ ਆਰ ਲਾਂਚ ਹੋ ਗਈ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਕੁਝ ਪਹਿਲੇ ਤਾਂ ਮੈਂ ਇਹ ਕਹਾਂਗਾ ਕਿ ਇਹ ਜਿਹੜੀ ਕਟਨਾ ਹੋਈ ਹੈ ਕਟਨਾ ਹੋਣੀ ਨਹੀਂ ਚਾਹੀਦੀ ਸੀ। ਉਹਨਾਂ ਨੇ ਕਿਸ ਤਰੀਕੇ ਨਾਲ ਕੀਤੀ ਹੈ ਕੀ ਉਹਦੇ ਹਾਲਾਤ ਬਣੇ ਇਹ ਤੋਂ ਬੰਦਾ ਜਾਣਦਾ ਵਾ ਪਰ ਸਾਨੂੰ ਇਸ ਗੱਲ ਦਾ ਦੁੱਖ ਹੈ। ਵੀ ਸਾਡਾ ਸ਼ਹਿਰ ਦਾ ਇੱਕ ਕਾਉਂਸਲਰ ਜਿਨੇ ਇਹ ਆਤਮੱਤਾ ਕੀਤੀ ਹੈ। ਸਾਨੂੰ ਸੰਵੇਦਨਾ ਉਸ ਪਰਿਵਾਰ ਦੇ ਨਾਲ। ਲੇਕਿਨ ਇਹਦੇ ਪਿੱਛੇ ਕੀ ਕਾਰਨ ਰਏ ਹੈ? ਇਹ ਜਾਂਚ ਦਾ ਵਿਸ਼ਾ ਹੈਗਾ ਵਾ। ਉਹ ਦਸੀਂ ਇਹ ਮੰਗ ਕਰਾਂਗੇ ਪ੍ਰਸ਼ਾਸਨ ਦੇ ਕੋਲੋਂ ਵੀ ਕਿਸ ਤਰੀਕੇ ਦੇ ਨਾਲ ਇਹ ਗ੍ਰਾਂਟਾਂ ਜਿਹੜੀਆਂ ਉਹਨਾਂ ਕੋ ਪਹੁੰਚੀਆਂ ਵੀ ਇੱਕੋ ਵਾਰਡ ਦੇ ਵਿੱਚ ਜਿਹੜੀਆਂ 5 ਗ੍ਰਾਂਟਾਂ ਉਹਨਾਂ ਨੂੰ ਗਈਆਂ ਉਹ ਗ੍ਰਾਂਟਾਂ ਵੀ ਉਹਨਾਂ ਸੁਸਾਇਟੀਆਂ ਨੂੰ ਗਈਆਂ ਜਿਹੜੀਆਂ ਸੁਸਾਇਟੀਆਂ ਗਲਤ ਬਣੀਆਂ ਸੀਗੀਆਂ ओरिजिनल ਸੁਸਾਇਟੀਆਂ ਨੂੰ ਗ੍ਰਾਂਟਾਂ ਨਹੀਂ ਗਈਆਂ ਔਰ ਉਸ ਪੈਸੇ ਦੀ ਵਰਤੋਂ ਜਿਹੜੀ ਜਿਸ ਤਰੀਕੇ ਨਾਲ ਹੋਈ ਹੈ ਉਸ ਸਾਰਾ ਕੋਰਟ ਦੇ ਵਿੱਚ ਹੀ ਮੈਟਰ ਗਿਆ ਦੇਸੀ ਸਾਹਿਬ ਨੇ ਉਹਦੀ ਇਨਕੁਆਇਰੀ ਕਰਾਈ ਰੂਸ ਤੋਂ ਬਾਅਦ ਇਹ ਪਰਚੇ ਰਜਿਸਟਰ ਹੋਏ ਸੁਪਰੀਮ ਕੋਰਟ ਕਰ ਪਰਵਾਰ ਗਿਆ ਇਹਦਾ ਮਤਲਬ ਕੋਈ ਗਲਤ ਗੱਲ ਸੀ ਜਿਹੜੇ ਕਿ ਜ਼ਮਾਨਤ ਨਹੀਂ ਹੋਈ ਔਰ ਉਸ ਤੋਂ ਬਾਅਦ ਉਹਨਾਂ ਨੇ ਸਟੈਪ ਚੱਕਿਆ ਕਿ ਸੁਸਾਇਡ ਕੀਤਾ ਵਾ ਔਰ ਮੇਰੀ ਤਾਂ ਉਹਨਾਂ ਨਾਲ ਲਗਭਗ 6-7 ਸਾਲ ਹੋ ਗਏ ਕਦੀ ਕੋਈ ਵੀ ਟੈਲੀਫੋਨਿਕਲੀ ਜਾ ਫਿਜ਼ੀਕਲੀ ਕਦੇ-ਕਦੇ ਵਾਰਤਾਲਾਪਨੀ ਹੋਈ ਸੀਗੀ ਨਾ ਹੀ ਕਦੇ ਕੋਈ ਸਾਡਾ ਨਾਲ ਉਹਨਾਂ ਨਾਲ ਕੋਈ ਗੱਲਬਾਤ ਹੋਈ ਸੀਗੀ ਔਰ ਪਤਾ ਨਹੀਂ ਉਹਨਾਂ ਦੇ ਮਨ ਦੇ ਵਿੱਚ ਕੀ ਸੀਗਾ ਕਿ ਜਿਹੜਾ ਉਹਨਾਂ ਨੇ ਮੇਰਾ ਵੀ ਨਾਮ ਵਿੱਚ ਲਿਖਿਆ ਹੋਇਆ ਹੈ ਔਰ ਮੈਂ ਪ੍ਰਸ਼ਾਸਨ ਦੀ ਪੂਰੀ ਮਦਦ ਕਰੂੰਗਾ ਪੁਲਿਸ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹਨਾਂ ਨੇ ਕਿਸ ਮਜਬੂਰੀ ਦੇ ਵਿੱਚ ਇੱਕਦਾਂ ਮੇ ਪਰਚਾ ਦਿੱਤਾ ਲੇਕਿਨ ਮੈਂ ਬੀਇੰਗ ਅ ਸਿਟੀਜ਼ਨ ਆਫ ਪੰਜਾਬ ਮੈਂ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਾਥ ਦਊਂਗਾ ਔਰ ਮੈਂ ਚਾਹੂੰਗਾ ਕਿ ਇਹਦੀ ਪੂਰੀ ਗਹਿਰਾਈ ਤੱਕ ਜਾਂਚ ਹੋਵੇ ਵੀ ਇੱਕ ਕੋਈ ਵਾਰ ਨੂੰ ਜਿਹੜੀਆਂ 5 ਗਰੰਟਾਂ ਗੰਨੀਆਂ ਉਹ ਸੋਲੇ ਦੇ ਐਮਐਲਏ ਉਹਨਾਂ ਦੇ ਲੈਟਰਪਾਪਟ ਤੇ ਡੀਸੀ ਸਾਹਿਬ ਨੂੰ ਰეკਮੈਂਡੇਸ਼ਨ ਗਈ ਵੀ ਇੱਥੇ 5 ਕਮਿਊਨਿਟੀ ਹਾਲ ਬਣਨੇ ਆ ਉਹ ਸੋਸਾਇਟੀਆਂ ਦੇ ਝੂਠੇ ਅਕਾਊਂਟ ਖੋਲੇ ਗਏ ਅਲੱਗ ਬੈਂਕਾਂ ਦੇ ਵਿੱਚ ਅਕਾਊਂਟ ਖੋਲੇ ਗਏ ਕੋਣ ਬੰਦਾ डीसी ऑफिसर ਦੇ ਵਿੱਚੋਂ ਉਹ ਚੈੱਕ ਲੈ ਕੇ ਆਇਆ ਚੈੱਕ ਇਸ ਤਰੀਕੇ ਨਾਲ ਪਾਸ ਹੋਏ ਫਿਰ ਉਹ ਨਿੱਜੀ ਖਾਤੇ 'ਚ ਪੈਸੇ ਗਏ ਇਹ ਸਾਰਾ ਲੋਕਾਂ ਦੇ ਵਿੱਚ ਗੱਲ ਆਣੀ ਚਾਹੀਦੀ ਹੈ ਵੀ 24 ਬਾੜਾ ਹੋਣ ਉਹ ਤੁਹਾਨੂੰ 1 ਕਰੋੜ ਰੁਪਇਆ ਗ੍ਰਾਂਟ ਮਿਲੀ ਹੋਵੇ ਤੇ ਉਹਦੇ ਵਿੱਚੋਂ 60 ਲੱਖ ਰੁਪਇਆ ਆਪਾਂ ਦੋ ਬੰਦਿਆਂ ਨੂੰ ਦੇ ਦਈਏ ਇਹ ਵੀ ਜਾਂਚ ਦਾ ਵਿਸ਼ਾ ਹੈ ਉਹਦੇ ਪੈਸਾ ਕਿੱਥੇ ਖਰਚਿਆ ਗਿਆ ਔਰ ਇਲੈਕਸ਼ਨ ਤੋਂ 1 ਮਹੀਨਾ ਪਹਿਲਾਂ ਇਹ ਗਰਾਂਟਾਂ ਡਿਸਪਰਸ ਹੋਣੀਆਂ। ਇਹਦੀ ਪ੍ਰੋਪਰ ਤਰੀਕੇ ਨਾਲ ਇਨਵੈਸਟੀਗੇਸ਼ਨ ਹੋਵੇ ਤਾਂ ਜਿਹੜੀਆਂ ਇਹਦੀ 18 ਬਾਬੇ ਹਨੀ ਤੱਕਰ ਪਹੁੰਚਣਗੀਆਂ। ਜਿਹੜੀ ਜਿਹੜੀ ਗ੍ਰਾਂਟ ਦਿੱਤੀ ਗਈ ਸੀ ਵਿੱਕੀ ਕਾਲੀਆ ਨੂੰ। ਵਿੱਕੀ ਕਾਲੀਆ ਨੇ ਉਹ ਗ੍ਰਾਂਟ ਆਪਣੇ ਪਰਿਵਾਰ ਦੇ ਲੋਕਾਂ ਦੇ ਖਾਤੇ ਖੁਲਾਏ ਖੁਲਾਤਿਆਂ ਦੇ ਵਿੱਚ ਉਹ ਪੈਸੇ ਡਿਵਰਟ ਕਰਵਾ ਦਿੱਤੇ। ਸੁਸਾਈਡ ਨੋਟ ਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਮੈਨੂੰ ਬਾਰ-ਬਾਰ ਤੁਹਾਡਾ ਨਾਮ ਹੀ ਲਿਖਿਆ ਬਾਰ-ਬਾਰ ਥਰਡ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਐਡਾ ਵੱਡਾ ਮੈਂ ਕਦਮ ਚੱਕ ਰਿਹਾ ਦੇਖੋ ਜੀ ਮੈਂ ਤਾਂ ਕਰੀ ਉਹਨਾਂ ਨਾਲ ਫੋਨ ਤੇ ਗੱਲ ਵੀ ਨਹੀਂ ਕੀਤੀ ਮੈਂ ਤਾਂ ਇੱਕ ਨਾਗਰਿਕ ਹੋਣ ਦੇ ਨਾਤੇ ਮੈਂ ਇਹਦੀ ਕੰਪਲੇਂਟ ਉਹ ਵੀ ਮੇਰੇ ਕੋਲ ਪੰਜ ਸੁਸਾਇਟੀਆਂ ਦੇ ਪ੍ਰਧਾਨ ਸਾਹਿਬਾਨ ਆਏ ਵੀ ਸਾਨੂੰ ਜੋ ਪਤਾ ਲੱਗਾ ਸਮਾਜ ਦੇ ਵਿੱਚੋਂ ਕਿ ਸਾਡੇ ਸੁਸਾਇਟੀ ਨੂੰ 10 ਲੱਖ ਰੁਪਏ ਪਰ ਸੁਸਾਇਟੀ ਨੂੰ ਮਿਲਿਆ ਵਾ ਲੇਕਿਨ ਸਾਡੇ ਖਾਤੇ 'ਚ ਕੋਈ ਪੈਸਾ ਨਹੀਂ ਆਇਆ ਫਿਰ ਮੈਂ ਉਹਨਾਂ ਨਾਲ ਲੱਗੇ ਡੀਸੀ ਸਾਹਿਬ ਕੋ ਗਿਆ ਡੀਸੀ ਸਾਹਿਬ ਨੇ ਇਨਕੁਆਰੀ ਮਾਰ ਕੇ ਤੇ ਡੀਸੀ ਸਾਹਿਬ ਨੂੰ ਉਹਨਾਂ ਨੇ ਸਾਰੇ ਸੋਸਾਇਟੀਆ ਵਾਲੇ ਬੰਦਿਆਂ ਨੂੰ ਬੁਲਾ ਕੇ ਉਹਨਾਂ ਨੇ ਆਪਣੀ ਜਾਨ ਸੱਟਾ ਕੱਢੀ ਵੀ ਇਹ ਪੈਸੇ ਦੀ ਦੁਰਵਰਤੋਂ ਹੋਈ ਆ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਰ ਮਾਨਜੋਗ ਹਾਈ ਕੋਰਟ ਸਾਹਿਬਾਨ ਨੇ ਜਿਹੜੀ ਕੀ ਹੈ ਇਹਨਾਂ ਦੀ ਜ਼ਮਾਨਤਾਂ ਜਿਨ੍ਹਾਂ ਲੋਕਾਂ ਦੇ ਪੈਸੇ ਖਾਤੇ ਨਹੀਂ ਗਏ ਸੀਗੇ ਉਹਨਾਂ ਨੂੰ ਜ਼ਮਾਨਤਾਂ ਦਿੱਤੀਆਂ ਵਿੱਕੀ ਕਾਲੇ ਨੂੰ ਜ਼ਮਾਨਤ ਮਿਲ ਗਈ। ਉਹਨਾਂ ਦੇ بیٹے ਅੰਸ਼ਮਨ ਕਾਲੀਯੰਦ ਪੈਸੇ ਖਾਤੇ 'ਚ ਪੈਸੇ ਗਏ ਸੀਗੇ ਤੇ ਉਹਨੂੰ ਸੁਪਰੀਮ ਕੋਰਟ ਮਾਨਜੋਗ ਨੇ ਵੀ ਰਿਜੈਕਟ ਕਰ ਦਿੱਤੀ। ਉਸ ਤੋਂ ਬਾਅਦ ਇਹ ਪਰਿਵਾਰ ਫਰਸਟ੍ਰੇਟਡ ਹੋਇਆਗਾ ਉਸ ਤੋਂ ਬਾਅਦ ਇਹਨਾਂ ਜਿਹੜਾ ਹੈ ਇਹ ਕਿਸ ਤਰ੍ਹਾਂ ਇੱਕ ਨਾ ਗੱਲ ਹੋਈ ਹੈ ਤਾਂ ਪਰਵਾਹ ਜਾਣ ਦਾ ਜਾਜਤ ਚਲੇਗਾ ਜਾਂਦਾਗਾ ਤੁਹਾਨੂੰ ਨਹੀਂ ਲੱਗਦਾ ਪੁਲਿਸ ਨੇ ਐਫ ਆਈ ਆਰ ਬੜੀ ਜਲਦੀ ਲਾਂਚ ਕਰ ਦਿੱਤੀ ਦੇਖੋ ਪੁਲਿਸ ਦੀ ਕਈ ਵਾਰੀ ਮਜਬੂਰੀ ਹੁੰਦੀ ਹੈ ਵੀ ਪੋਸਟਮਾਰਟਮ ਕਰਾਉਣਾ ਸੰਸਕਾਰ ਕਰਾਉਣਾ ਠੀਕ ਹੈ ਨਾ ਠੀਕ ਹੈ ਸਾਨੂੰ ਕੋਈ ਚਤਰਾਇ ਨਹੀਂਗਾ ਲੇਕਿਨ ਆਪਾਂ ਬਿਲਕੁਲ ਪਾਕ ਸਾਫ ਆ ਗਏ ਆ ਅਸੀਂ ਕੋਈ ਥ੍ਰੈਟ ਨਹੀਂ ਕੀਤਾ ਕਿਸੇ ਨੂੰ ਵੀ ਕੋਈ ਕਿਸੇ ਨੂੰ ਮੈਂਟਲੀ ਪਰੇਸ਼ਾਨੀ ਨਹੀਂ ਕੀਤੀ ਅਸੀਂ ਠੀਕ ਹੈ ਨਾ ਜੇ ਤਾਂ ਇਹਨਾਂ ਦੇ ਕੋਲ ਕੋਈ ਪ੍ਰੂਫ ਹੈਗਾ ਬਾਅਦ ਤੇ ਪੁਲਿਸ ਹੁੰਦੇ ਆਪਾਨੂੰ ਪੁਲਿਸ ਪ੍ਰਸ਼ਾਸਨ ਤੇ ਪੂਰਾ ਵਿਸ਼ਵਾਸ ਆ ਵੀ ਉਹਦੀ ਪ੍ਰੋਪਰਲੀ ਇਨਵੈਸਟੀਗੇਸ਼ਨ ਕਰਨਗੇ ਉਹ ਦੁੱਧ ਦੁੱਧ ਪਾਣੇ ਦਾ ਪਾਣੀ ਲੋਕਾਂ ਦੇ ਮੂਰੇ ਪੇਸ਼ ਹੋਏਗਾ ਲੋਕਾਂ ਨੂੰ ਆਪੇ ਮਹਿਸੂਸ ਹੋਏਗਾ ਕਿ ਵਾਕਈ ਜਿਹੜਾ ਪਰਚਾ ਆਇਆ ਸੀ ਗਲਤ ਹੋਇਆ ਸੀ ਕਿਉਂਕਿ ਸਾਡੀ ਪਰਿਵਾਰ ਨਾਲ ਗੱਲਬਾਤ ਹੋਈ ਸੀਗੀ ਪਰਿਵਾਰ ਨੇ ਇਹ ਕਿਹਾ ਕਿ ਜਦ ਤੱਕ ਐਫਆਈਆਰ ਲਾਂਚ ਨਹੀਂ ਹੁੰਦੀ ਜਿਹੜੇ ਸੁਸਾਇਡ ਦੇ ਵਿੱਚ ਨਾਮ ਲਿਖੇ ਉਹਨਾਂ ਦੇ ਐਫਆਈਆਰ ਲਾਂਚ ਨਹੀਂ ਹੁੰਦੀ ਅਸੀਂ ਉਹ ਤੱਕ ਪੋਸਟਮਾਰਟਮ ਨਹੀਂ ਕਰਾਵਾਂਗੇ ਪੁਲਿਸ ਨੇ ਇਸ ਕਾਰਨ ਤੱਕ ਨਹੀਂ ਐਫਆਈਆਰ ਜਲਦੀ ਲਾਂਚ ਕਰ ਦਿੱਤੀ ਮੇਬੀ ਹੋ ਸਕਦਾ ਪੁਲਿਸ ਦੀ ਕੇਵਲ ਹੀ ਮਜਬੂਰੀ ਹੁੰਦੀ ਹੈ ਲੇਕਿਨ ਆਪਾਂ ਉਹਦੇ ਵਿੱਚ ਕੋਈ ਦਖਲ ਨਹੀਂ ਕਰ ਸਕਦੇ ਦੇਖੋ ਜੋ ਪੁਲਿਸ ਦਾ ਆਪਣਾ ਸਿਸਟਮ ਹੈ ਉਹਨਾਂ ਨੇ ਕਰਨਾਗਾ ਲੇਕਿਨ ਆਪਾਂ ਨੂੰ ਪੂਰਾ ਇਸ ਗੱਲ ਦਾ ਵਿਸ਼ਵਾਸ ਆ ਵੀ ਅਸੀਂ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਨਾ ਪਰੇਸ਼ਾਨ ਕੀਤਾ ਮੈਂਟਲੀ ਨਾ ਸਾਡੇ ਨਾਲ ਉਹਨਾਂ ਨਾਲ ਕਦੀ ਫੋਨ ਤੇ ਗੱਲ ਹੋਈ ਹੈ ਨਾ ਕਰਦੀ ਸਾਨੂੰ ਫਿਜ਼ੀਕਲੀ ਮਿਲਿਆ ਗਿਆ ਠੀਕ ਹੈ ਨਾ ਉਹ ਆਪੇ ਹੁਣ ਪੁਲਿਸ ਆਪਣੇ ਕਾਲ ਡਿਟਸ ਕਾ ਲ ਲਈ ਹੈ ਗਿਆ ਆਪੇ ਸਾਰੀ ਗੱਲ ਬਾਹਰ ਆ ਜਾਗੀ ਔਰ ਜਿਹੜੇ ਲੋਕ ਉਹਨਾਂ ਨੂੰ ਇਨਸਟੀਗੇਟ ਕਰਦੇ ਪੈਗੇ ਠੀਕ ਹੈ ਨਾ ਉਹਨਾਂ ਦਾ ਪਰਦਾ ਪਾਸ਼ ਵੀ ਹੋਏਗਾ ਤੁਹਾਨੂੰ ਨਹੀਂ ਲੱਗਦਾ ਵਿੱਕੀ ਕਾਲੀ ਦੀ ਮੌਤ ਨੂੰ ਰਾਜਨੀਤਿਕ ਰੰਗ ਦਿੱਤੀ ਜਾ ਰਹੀ ਹੈ ਇਹ ਤਾਂ ਦੇਖੋ ਜੀ ਕਰਦੇ ਰਾਜਨੀਤੀ ਪਏ ਐ ਇਸ ਪਰਿਵਾਰ ਦਾ ਕੰਮ ਕੀ ਹੈ ਕਰਵਾ ਹੈ ਹੈਨਰੀ ਪਰਿਵਾਰ ਦਾ ਕੰਮ ਕੀ ਹੈ ਕਰਵਾ ਠੀਕ ਹੈ ਨਾ ਇਸ ਤਰੀਕੇ ਦਾ ਕੰਮ ਕਰਦਾ ਹੈ ਗਿਆ ਪਹਿਲਾਂ ਨੇ ਇਹਨਾਂ ਨੇ ਮਦਦ ਕੀਤੀ ਉਹਦੀ ਰਵੀ ਸਾਨੀ ਵਾਲੇ ਤਾਂ ਧਰਨਾ ਲਾਤਾ ਸੀਗਾ ਠੀਕ ਹੈ ਨਾ ਤੇ ਇਹਦੀ ਕੋਈ ਮਦਦ ਕੀਤੀ ਉਹਨਾਂ ਨੇ ਹੂੰ ਸੱਚੇ ਬੰਦੇ ਹੈ ਗਿਆ ਲੇਕਿਨ ਲੋਕਾਂ ਸਭ ਪਤਾ ਹੈਗਾ ਵਾ ਵੀ 50 ਲੱਖ ਰੁਪਏ ਕਿਉਂ ਗਿਆ ਸੀਗਾ ਔਰ 50 ਲੱਖ ਬਕ ਕਿੱਥੇ ਖਰਚੇ ਗਿਆ ਇਹ ਦੁਨੀਆ ਸਭ ਜਾਣਦੀ ਹੈ ਲੋਕੀ ਗੱਲ-ਗੱਲ ਘਰ-ਘਰ ਚ ਗੱਲ ਹੋ ਰਹੀਗੀ ਆ ਇਹ ਸਪੈਸੇ ਦੀ ਵਰਤੋਂ ਕਿੱਥੇ ਹੋਈ ਸੀਗੀ ਕਿਉਂਕਿ ਸੁਸੇ ਨੋਟ ਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਮੈਂ ਮਨੂੰ ਕੋਈ ਵਿਅਕਤੀ ਇਹ ਕਹਿ ਰਿਹਾ ਕਿ ਤੇਰਾ ਕੰਪਰਮਾਈਜ਼ ਕਰਵਾਉਣ ਦੇ ਸਾਨੂੰ ਐਨੇ ਪੈਸੇ ਦਿੱਤੇ ਔਰ ਮੈਂ ਕਈ ਪੈਸੇ ਦਿੱਤੇ ਵੀ ਹੈ ਦੇਖੋ ਜੀ ਆਪਾਂ ਨੇ ਇਸ ਬਾਰੇ ਕਨੋਵੋਲ ਨਹੀਂ ਸਾਡੇ ਨਾਲ ਕੋਈ ਉਹਦੀ ਗੱਲ ਨਹੀਂ ਹੋਈ ਜੀ ਮੈਂ ਆਪਣੀ ਗੱਲ ਕਰ ਸਕਦਾ ਮੈਂ ਕਿਸੇ ਦੀ ਗੱਲ ਨਹੀਂ ਕਰ ਸਕਦਾ ਮੇਰੇ ਨਾਲ ਨਾ ਕਦੇ ਟੈਲੀਫੋਨਿਕਲੀ ਨਾ ਫਿਜ਼ੀਕਲੀ ਮੇਰੇ ਨਾਲ ਕਦੀ ਉਹਦੇ ਵਾਰਤਾਲਾਪ ਨਹੀਂ ਹੋਇਆ ਆ ਜਿਹੜੇ ਵਿਅਕਤੀ ਹੋਰ ਇਸ ਸੁਸਾਇਡ ਦੇ ਵਿੱਚ ਜਿਹੜੇ ਨਾਮਜ਼ਦ ਕੀਤੇ ਗਏ ਆ ਉਹ ਆ ਤੁਹਾਡੇ ਵਕੀਬ ਆ ਤੁਹਾਡੀ ਉਹਨਾਂ ਨਾਲ ਕਦੀ ਗੱਲਬਾਤ ਹੋਈ ਹੋਵੇ ਦੇਖੋ ਜੀ ਜਿਹੜਾ ਬੰਦਿਆਂ ਦੀ ਕੋਈ ਗੱਲਬਾਤ ਹੋਈ ਕਿ ਤੇ ਮੈਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਬਾਕੀ ਜਿਹੜੇ ਬੰਦੇ નિર્ਦੋਸ਼ ਹੈਗੇ ਆ ਉਹ ਪੁਲਿਸ ਨੂੰ ਉਹਨਾਂ ਬਾਰੇ ਪੂਰਾ ਸੰਗਿਆਨ ਲੈਣਾ ਚਾਹੀਦਾ ਹੈਗਾ ਵਾ ਉਹਨਾਂ ਦੇ ਪਰਿਵਾਰ ਆ ਉਹਨਾਂ ਦੇ ਬੱਚੇ ਛੋਟੇ ਹੈਗੇ ਆ ਆਪਾਂ ਕਿਸੇ ਨੂੰ ਐਵੇਂ ਨਜਾਇਜ਼ ਫਸਾਵਾਂਗੇ ਤਾਂ ਗੱਲ ਠੀਕ ਨਹੀਂ ਹੁੰਦੀਗੀ ਉਹਨਾਂ ਦੀ ਵੀ ਪੁਲਿਸ ਪ੍ਰੋਪਰ ਤਿਕਨਾਂ ਇਨਵੈਸਟੀਗੇਸ਼ਨ ਕਰੇ ਜਿਹਦਾ ਕੋਈ ਦੋਸ਼ ਨਹੀਂ ਆ ਤੇ ਪੁਲਿਸ ਉਹਦੇ ਬਾਰੇ ਪੁਨਰ ਵਿਚਾਰ ਕਰਕੇ ਇਹ ਐਫਆਈਆ ਜੇ ਪੁਲਿਸ ਟੀਮ ਗਠਿਤ ਕਰਦੀ ਹੈ ਇਸ ਮਾਮਲੇ ਨੂੰ ਲੈ ਕੇ ਤੁਸੀਂ ਉਸ ਮਾਮਲੇ ਨੂੰ ਇਸ ਮਾਮਲੇ ਨੂੰ ਲੈ ਕੇ ਟੀਮ ਗਠਿਤ ਕਰ ਦਿੱਤੀ ਜਾਂਦੀ ਹੈ ਕਮਿਸ਼ਨਰਟ ਵੱਲੋਂ ਤੁਸੀਂ ਉਹਦਾ ਸਹਿਯੋਗ ਦੇਣਗੇ ਬਿਲਕੁਲ ਮੈਂ ਤਾਂ ਜਿੱਥੇ ਮੈਨੂੰ ਪੁਲਿਸ ਬੁਲਾਏਗੀ ਮੈਂ ਜਾਊਂਗਾ ਸੱਚੇ ਬੰਦੇ ਨੂੰ ਡਰ ਨਹੀਂ ਹੁੰਦਾ ਸੱਚੇ ਬੰਦੇ ਨੂੰ ਕੋਈ ਡਰ ਨਹੀਂ ਹੈ ਮੈਂ ਬਿਲਕੁਲ ਸੱਚਾ ਸੋਚਾ ਬੰਦਾ ਹਾਂ ਠੀਕ ਹੈ ਨਾ ਮੇਰੀ ਕੋਈ ਮਨਸ਼ਾ ਨਹੀਂ ਕਿਸੇ ਨੂੰ ਖਰਾਬ ਕਰਨ ਦੀ ਲੇਕਿਨ ਉਹਦੇ ਮਨ ਦੇ ਵਿੱਚ ਕੀ ਸੀਗਾ ਇਹ ਉਹ ਜਾਣਦਾਗਾ ਜਦੋਂ ਉਹ ਚਲੇ ਗਿਆ ਨਿਕਲ ਸੰਦੁਖ ਇਸ ਗੱਲ ਦਾ ਆ ਤੁਹਾਡੀ ਬਿਲਕੁਲ ਛਵੀ ਬਿਲਕੁਲ ਇਸ ਪਾਰਟੀ ਦੇ ਵਿੱਚ ਸਾਫ ਸੁਥਰੀ ਹੈ ਤੁਸੀਂ ਨੇਕ ਬੰਦੇ ਹੋ ਕਾਫੀ ਲੰਬਾ ਸਮਾਂ ਤੋਂ ਹੀ ਪਾਰਟੀ ਦੇ ਨਾਲ ਖੜੇ ਹੋ ਤਾਂ ਹੀ ਤੁਹਾਡੇ ਤੇ ਐਫ ਆਈ ਆਰ ਲਾਂਚ ਹੋ ਗਈ ਹੈ ਪਾਰਟੀ ਦੇ ਸੀਨੀਅਰ ਅਧਿਕਾਰੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੈ ਕਈ ਅਧਿਕਾਰੀ ਨੇ ਤੁਹਾਡੀ ਗੱਲਬਾਤ ਹੋਰੀ ਕਈ ਸੀਨੀਅਰ ਆਗੂ ਤੁਹਾਡੇ ਨਾਲ ਇੱਥੇ ਘਰ ਤੁਹਾਡੇ ਨਾਲ ਗੱਲਬਾਤ ਕਰਨ ਲਈ ਪਹੁੰਚਦੇ ਨੇ ਕੋਈ ਸਾਰੀ ਪਾਰਟੀ ਮੇਰੇ ਨਾਲ ਹੈ ਪੂਰਾ ਪੰਜਾਬ ਦਾ ਸੰਗਠਨ ਮੇਰੇ ਪ੍ਰਦੇਸ਼ ਪ੍ਰਧਾਨ ਜੀ ਦਾ ਹੈ ਤਿੰਨ ਵਾਰੀ ਮੈਨੂੰ ਫੋਨ ਆਇਆਗਾ ਉਹਨਾਂ ਨੇ ਖੁਦ ਡੀਜੀਪੀ ਸਾਹਮਣੇ ਵੀ ਗੱਲ ਕੀਤੀ ਆ ਅੱਜ ਤੁਹਾਡੇ ਸਾਹਮਣੇ ਤਰਨ ਚੁੱਕ ਸਾਹਿਬ ਸਾਡੀ ਨੈਸ਼ਨਲ ਜਨਰਲ ਸਿਕਤੀ 올 ਇੰਡੀਆ ਸਾਡੇ ਵਿੱਚ ਆਏ ਆ ਕੱਲ ਮੇਰੇ ਘਰ ਅਵਨਾਸ਼ਰੇ ਖੰਨਾ ਜੀ ਆਏ ਸੀਗੇ ਮੇਰੀ ਪੂਰੀ ਪਾਰਟੀ ਜੰਦਰ ਦੀ ਪੂਰੀ ਕੋਰ ਕਮੇਟੀ ਮੇਰੇ ਪਰਿਵਾਰੀ ਜੀਵਨ ਗੁਪਤਾ ਜੀ ਸਾਰੇ ਮੇਰੇ ਲੋਕ ਮੇਰੇ ਨਾਲ ਖੜੇ ਆ ਉਹਨਾਂ ਨੂੰ ਪਤਾ ਵੀ ਸਾਡਾ ਜਿਹੜਾ ਲੀਡਰ ਆ ਇਹਨੇ ਇੱਕ ਲੋਕਾਂ ਦੀ ਆਵਾਜ਼ ਬਣ ਕੇ ਸਰਕਾਰ ਦੇ ਪੈਸੇ ਬਚਾਏ ਆ 50 ਲੱਖ ਰੁਪਈਆ ਔਰ ਇਹਨਾਂ ਲੋਕਾਂ ਨੇ ਪੈਸੇ ਵਾਪਸ ਕੀਤੇ ਡੀਸੀ ਆਫਿਸ ਦੇ ਵਿੱਚ ਇਨਾ ਲੋਕਾਂ ਨੇ ਪੈਸੇ ਵਾਪਸ ਕੀਤੇ ਗਿਆ ਤੇ ਕਿਹੜੇ ਮੂਣਾ ਗੱਲ ਕਰਦੇ ਗਿਆ ਇਸ ਕਰਕੇ ਸੱਚਾਈ ਦੀ ਜਿੱਤ ਹੋਏਗੀ ਤੁਸੀਂ 2 ਦਿਨ ਠਹਿਜੋ ਤਾਂ ਆਪਣੇ ਆਪ ਸਾਰਾ ਕੁਝ ਪਤਾ ਲੱਗ ਜਾਏਗਾ ਏਸੀ ਕਿਹੜੀ ਭੰਡਾਰੀ ਸਾਬਕਾ ਵਿਧਾਇਕ ਜਿਨ੍ਹਾਂ ਨੇ ਦੱਸਿਆ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਲਦੀ ਹੀ ਹੋਏਗਾ ਕੈਮਰਾਮੈਨ ਦਵਿੰਦਰ ਦੇ ਨਾਮ ਵਿਨੈਕ ਸ਼ਰਮਾ ਦੈਨਿਸ ਵਾਲਾ ਟੀਵੀ ਜਲੰਧਰ